ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਪਹੁੰਚੇ ਹਾਂ ਜੀ, ਨਾਮ ਕੀ ਦਵਾਂ ਮੈਂ, ਜੰਨਤ ਕਹਿ ਸਕਦਾ। ਜੰਨਤ ਵੀ ਸ਼ਬਦ ਸ਼ਾਇਦ ਛੋਟਾ ਹੈ, ਪਰ ਇੱਕ ਬਹੁਤ ਖੂਬਸੂਰਤ ਜਗ੍ਹਾ ਜਿਹੜੀ ਦੁਨੀਆ ਤੋਂ ਬਹੁਤ ਅਲੱਗ ਹੈ ਔਰ ਦੁਨੀਆਦਾਰੀ ਦੀ ਉਸ ਭੀੜ 'ਚੋਂ ਅਲੱਗ ਹੈ, ਕਿਉਂਕਿ ਇੱਥੇ ਆ ਕੇ ਨਾ ਮੈਂ ਐਕਸਪਲੇਨ ਕਰ ਦਿੰਦਾ ਥੋੜ੍ਹਾ ਜਿਹਾ ਇਨ ਸ਼ਾਰਟ ਇਸ ਚੀਜ਼ ਬਾਰੇ। ਤੁਸੀਂ ਸਾਰਿਆਂ ਨੇ ਚਾਂਦਨੀ ਭੈਣ ਬਾਰੇ ਪਿਛਲੇ 3 ਦਿਨ ਤੋਂ ਲਗਾਤਾਰ ਸਾਡੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਅੱਜ ਅਸੀਂ ਪਹੁੰਚੇ ਹਾਂ ਜੀ SGV ਬਾਲਘਰ, ਅਤੇ ਇਹ ਹੈਗਾ ਜੀ ਐਡਰੈਸ ਹੈਗਾ ਜੀ ਧਾਮ ਤਲਵੰਡੀ ਖੁਰਦ ਨੀਅਰ ਮੁੱਲਾਪੁਰ ਦਾਖਾ ਲੁਧਿਆਣਾ। ਮੈਂ ਫਿਰ ਇੱਕ ਵਾਰੀ ਬੋਲ ਦਿੰਦਾ, ਅੱਜ ਅਸੀਂ ਪਹੁੰਚੇ ਹਾਂ ਜੀ SGV ਬਾਲਘਰ, ਜਿਹੜਾ ਧਾਮ ਤਲਵੰਡੀ ਖੁਰਦ ਨੀਅਰ ਮੁੱਲਾਪੁਰ ਦਾਖਾ ਲੁਧਿਆਣੇ। ਇੱਥੇ ਅੱਜ ਅਸੀਂ ਪਹੁੰਚੇ ਹਾਂ। ਇੱਥੇ ਪਹੁੰਚਣ ਦਾ ਜਿਹੜੀ ਵਜ੍ਹਾ ਹੈ ਅਤੇ ਕਾਰਨ ਹੈ ਉਹ ਇਹ ਹੈ ਜੀ, ਅੱਜ ਤੋਂ ਠੀਕ 3-4 ਦਿਨ ਪਹਿਲਾਂ ਤੁਸੀਂ ਸਾਰਿਆਂ ਨੇ ਚਾਂਦਨੀ ਭੈਣ ਦੀ ਵੀਡੀਓ ਦੇਖੀ ਹੋਣੀ ਸੋਸ਼ਲ ਮੀਡੀਆ 'ਤੇ, ਕਾਫੀ ਵਾਇਰਲ ਹੋਈ। ਉਹ ਸਾਡੇ ਕੋਲ ਇੱਕ ਮੈਡੀਕਲ ਕੇਸ ਆਇਆ ਸੀਗਾ, ਸਾਡੇ ਜਸ ਦੀਦੀ ਨੇ ਸਿਵਲ ਹੋਸਪਿਟਲ ਦੇ ਵਿੱਚ ਕਾਫੀ ਸੇਵਾ ਕਰਦੇ ਨੇ, ਮੈਨੂੰ ਉਹਨਾਂ ਦੀ ਕਾਲ ਆਈ ਰਾਤੀ ਤਕਰੀਬਨ 10:30-11 ਵਜੇ ਕਿ ਵੀਰ ਇੱਕ ਕੇਸ ਹੈ, ਅਤੇ ਉਹਨਾਂ ਨੇ ਮੈਨੂੰ ਦੱਸਿਆ ਕੇਸ ਕੀ ਹੈ। ਕੇਸ ਇਹ ਸੀਗਾ ਕਿ ਇੱਕ ਲੇਡੀ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਅਤੇ ਬਹੁਤ ਜ਼ਿਆਦਾ ਸੀਜ਼ਰਸ ਆ ਰਹੇ ਸੀਗੇ, ਪੰਜਾਬੀ 'ਚ ਆਪਾਂ ਦੌਰੇ ਵੀ ਕਹਿ ਦਿੰਦੇ ਹਾਂ, ਉਹ ਆ ਰਹੇ ਸੀਗੇ ਅਤੇ ਪੇਸ਼ੈਂਟ ਨੂੰ ਐਡਮਿਟ ਕਰਾਇਆ ਗਿਆ ਸਿਵਲ ਹੋਸਪਿਟਲ ਦੇ ਵਿੱਚ ਉਹਨਾਂ ਦੇ ਗਵਾਂਢੀਆਂ ਵੱਲੋਂ। ਹਸਬੈਂਡ ਨਹੀਂ ਸੀ ਉਹਨਾਂ ਦੇ, ਡੈਥ ਹੋ ਚੁੱਕੀ ਹੈ, ਅਤੇ ਮੁਹੱਲੇ ਵਾਲੇ ਬਾਈ ਹੋਣੀ ਮੇਰੇ ਨਾਲ ਆ ਜਾਓ ਵੀਰ, ਆ ਜਾਓ। ਮੁਹੱਲੇ ਵਾਲਿਆਂ ਨੇ ਸਿਵਲ ਕੌਣ ਕੌਣ ਗਿਆ ਸੀ ਬਾਈ ਤੁਹਾਡੇ 'ਚੋਂ? ਸਿਵਲ ਤੁਸੀਂ ਗਏ ਸੀ, ਤੁਸੀਂ ਵੀ ਗਏ ਸੀ ਵੀਰੇ? ਕੀ ਨਾਮ ਤੁਹਾਡਾ? ਪ੍ਰਦੀਪ ਜੀ। ਤੁਹਾਡਾ ਸੁਮਿਤ ਜੀ, ਗੌਰਵ ਜੀ, ਵਰੁਣ ਜੀ, ਇਹ ਵੀਰ ਹੋਣੀ ਜਿਹੜੇ ਚਾਂਦਨੀ ਦੇ ਅਤੇ ਨਾਲ 3 ਭੈਣ ਭਰਾ ਦੇ ਗੁਆਂਢੀ ਆਂਢ ਗੁਆਂਢ ਦੇ ਵਿੱਚੋਂ ਸੀਗੇ ਸਾਰੇ। ਇਹ ਬਾਈ ਹੋਣੀ ਪੇਸ਼ੈਂਟ ਨੂੰ ਰਾਤ ਨੂੰ ਸਿਵਲ ਹੋਸਪਿਟਲ ਲੈ ਕੇ ਜਾਂਦੇ ਆ, ਪੇਸ਼ੈਂਟ ਕਾਫੀ ਸੀਰੀਅਸ ਹੁੰਦਾ, ਸਿਵਲ ਵਾਲੇ ਰੈਫਰ ਕਰ ਦਿੰਦੇ ਆ PGI ਚੰਡੀਗੜ੍ਹ, ਪਰ ਜਿੱਦਾਂ ਕਿ ਪਰਿਵਾਰ ਦੇ ਨਾਲ ਜਾਣ ਵਾਲਾ ਕੋਈ ਵੀ ਨਹੀਂ ਹੁੰਦਾ, ਕਿਉਂਕਿ ਫਾਦਰ ਨਹੀਂ ਹੁੰਦੇ ਉਹਨਾਂ ਦੇ, ਛੋਟੇ ਛੋਟੇ ਬੱਚੇ 3, ਚੌਥਾ ਬੱਚਾ ਜਿਹੜਾ ਭਰਾ, ਆ ਜਾ ਬੇਟਾ, ਚੌਥਾ ਬੱਚਾ ਜਿਹੜਾ ਉਹ ਇਹਨਾਂ ਦਾ ਛੋਟਾ ਬੇਟਾ, ਵੱਡਾ ਬੇਟਾ ਚੌਥਾ, ਅਤੇ ਇਹਨਾਂ ਸਾਰਿਆਂ ਕੋਲ ਕੋਈ ਵੀ ਸੁਵਿਧਾ ਨਹੀਂ ਸੀ ਚੰਡੀਗੜ੍ਹ PGI ਜਾਣ ਲਈ, ਤਾਂ ਮੈਨੂੰ ਦੀਦੀ ਦਾ ਫੋਨ ਆਇਆ ਕਿ ਵੀਰੇ ਐਮਰਜੈਂਸੀ ਕੀ ਕਰੀਏ, ਤਾਂ ਅਸੀਂ ਐਮਰਜੈਂਸੀ ਲੁਧਿਆਣੇ ਗੁਰੂ ਨਾਨਕ ਚੈਰੀਟੇਬਲ ਹੋਸਪਿਟਲ 'ਚ ਐਡਮਿਟ ਕਰਾਤਾ। 2 ਦਿਨ ਪੇਸ਼ੈਂਟ ਐਡਮਿਟ ਰਿਹਾ, ਉਹਦਾ ਟ੍ਰੀਟਮੈਂਟ ਚੱਲਿਆ, ਡੋਨਰਸ ਨੇ ਆ ਕੇ ਉਹਨਾਂ ਦੀ ਹੈਲਪ ਕੀਤੀ, ਦਵਾਈਆਂ ਲੈ ਕੇ ਦਿੱਤੀਆਂ, ਹੋਸਪਿਟਲ ਕਰਾਇਆ, ਉਸ ਤੋਂ ਬਾਅਦ ਪੇਸ਼ੈਂਟ ਐਕਸਪਾਇਰ ਹੋ ਗਿਆ ਅਤੇ ਰਹਿ ਗਏ ਛੋਟੇ 4 ਬੱਚੇ। ਹੁਣ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਗੁਰੂ ਸਾਹਿਬ ਨੇ, ਪਰਮਾਤਮਾ ਨੇ ਸਾਡੇ ਹਿੱਸੇ ਪਾਈ ਕਿ ਇਹ ਬੱਚਿਆਂ ਦਾ ਵੀ ਹੁਣ ਜਿਹੜਾ ਨਾਲ ਜ਼ਿੰਮੇਵਾਰੀ ਸੀ ਉਹ ਸਾਨੂੰ ਪਈ, ਅਤੇ ਉਸ ਤੋਂ ਬਾਅਦ ਅਸੀਂ ਸੋਸ਼ਲ ਮੀਡੀਆ 'ਤੇ ਵੀਡੀਓ ਪਾਈ ਅਤੇ ਮੇਰਾ ਕੰਟੈਕਟ ਹੋਇਆ ਦੀਦੀ ਨਾਲ, ਜਿਹੜੇ ਇਸ ਆਸ਼ਰਮ ਦੇ ਸਾਰੇ ਕਰਤਾ ਧਰਤਾ ਨੇ, ਦੀਦੀ ਜਸਵੀਰ ਕੌਰ ਜੀ, ਅਤੇ ਪਿਛਲੇ 2003 ਤੋਂ ਇਹ ਆਸ਼ਰਮ, ਇਹ NGO ਬਾਲਘਰ ਚਲਾ ਰਹੇ ਨੇ, ਅਤੇ ਇੱਥੇ ਜਿੰਨੇ ਵੀ ਪੰਜਾਬ ਦੇ ਵਿੱਚ ਜਾਂ ਕਹਿ ਲਓ ਕਿ ਲੁਧਿਆਣੇ ਦੇ ਨੇੜੇ ਲੱਗਦੇ ਏਰੀਏ ਦੇ ਵਿੱਚ ਜਿੰਨੇ ਵੀ ਬੱਚੇ ਜਾਂ ਬੱਚੀਆਂ ਛੋਟੇ, ਜਿਹੜੇ ਲੋਕ ਕਹਿ ਲਓ ਕਿ ਅੱਜ ਦੇ ਜ਼ਮਾਨੇ ਦੇ ਵਿੱਚ, ਕਹਿਣਾ ਤਾਂ ਨਹੀਂ ਚਾਹੀਦਾ ਪਰ ਇਹ ਅਸਲੀਅਤ ਹੈ, ਕਈ ਇੱਦਾਂ ਦੇ ਮੂਰਖ ਲੋਕ ਹੈਗੇ ਨੇ ਜਿਹੜੇ ਅੱਜ ਵੀ ਮੁੰਡਿਆਂ ਨੂੰ ਕੁੜੀਆਂ ਨਾਲੋਂ ਘੱਟ ਸਮਝਦੇ ਨੇ, ਹਾਲਾਂਕਿ ਇੰਨੀ ਐਡਵਾਂਸਮੈਂਟ ਤੋਂ ਬਾਅਦ ਵੀ ਔਰ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜਿਹੜਾ ਕੁੜੀਆਂ ਨੂੰ ਮੁੰਡਿਆਂ ਨਾਲੋਂ ਘੱਟ ਸਮਝਿਆ ਜਾਂਦਾ, ਤਾਂ ਜਿਹੜੇ ਲੋਕ ਕੁੜੀਆਂ ਨੂੰ ਘੱਟ ਸਮਝਦੇ ਨੇ, ਛੋਟੀ ਸੋਚ ਵਾਲੇ, ਤਾਂ ਉਹ ਜਿਹੜੀਆਂ ਨੰਨੀਆਂ ਬੱਚੀਆਂ ਉਹ ਇੱਥੇ ਆਉਂਦੀਆਂ। ਆਹ ਸਾਡੀ ਚਾਂਦਨੀ ਭੈਣ ਹੈ ਜੀ, ਅਸੀਂ ਸੰਸਕਾਰ ਕਰਾ ਕੇ 3:30 ਵਜੇ ਤਕਰੀਬਨ ਹੁਣ ਡਾਇਰੈਕਟ ਇੱਥੇ ਹੀ ਪਹੁੰਚੇ ਹਾਂ, ਅਤੇ ਚਾਂਦਨੀ ਭੈਣ, ਇਹਦਾ ਛੋਟਾ ਭਰਾ ਹੈ, ਇੱਕ ਛੋਟੀ ਭੈਣ ਹੈ, ਇੱਕ ਵੱਡਾ ਭਰਾ ਹੈ, ਅਤੇ ਹੁਣ ਜਿਹੜੀ ਜ਼ਿੰਮੇਵਾਰੀ ਹੈ ਇੱਥੇ ਜਸਵੀਰ ਕੌਰ ਦੀਦੀ, ਮੈਂ ਜ਼ਰੂਰ ਇੰਟਰੋਡਿਊਸ ਕਰਾਊਂਗਾ ਭੈਣ ਨਾਲ, ਅਤੇ ਬਹੁਤ ਉੱਚੀ ਸ਼ਖਸੀਅਤ ਨੇ ਅਤੇ ਬਹੁਤ ਉੱਚੀ ਰੂਹ ਨੇ, ਬਹੁਤ ਲੰਮੇ ਸਮੇਂ ਤੋਂ ਇਹ ਸੇਵਾ ਕਰ ਰਹੇ ਨੇ, ਅਤੇ ਥੋੜ੍ਹਾ ਜਿਹਾ ਦੀਦੀ ਵੀ ਤੁਹਾਨੂੰ ਇਸ ਚੀਜ਼ ਬਾਰੇ ਸੁਣਾਉਣਗੇ। ਬਾਕੀ ਜਿਹੜੇ ਇੱਥੇ ਦੇ ਰੱਬੀਆਂ ਰੂਹਾਂ ਨੇ ਉਹ ਤਾਂ ਸਿਰਾ ਹੀ ਨੇ। ਮੇਰੇ ਸਾਰਿਆਂ ਨੇ ਇੱਕ ਬੰਦੇ ਸਵਾਲ ਪੁੱਛਦੇ ਹੁੰਦੇ ਸੀ, ਅੱਜ ਉਹਦਾ ਮੈਂ ਜਵਾਬ ਦੇ ਰਿਹਾ। 2019 ਦੇ ਵਿੱਚ ਸਾਡੀ ਇੱਕ ਸੋਸ਼ਲ ਮੀਡੀਆ 'ਤੇ ਮੇਰੀ DP ਲੱਗੀ ਹੋਈ ਹੈ ਜੀ, ਤੁਸੀਂ ਸਾਰਿਆਂ ਨੇ ਜੇ ਦੇਖੀ ਹੋਵੇ, ਜਿਹੜੀ ਮੇਰੇ ID 'ਤੇ DP ਲੱਗੀ ਹੋਈ ਆ ਬੱਚੇ ਦੀ, ਇਹ 2019 ਦੀ ਫੋਟੋ ਹੈ ਜੀ, ਔਰ ਫੋਟੋ ਇਸੇ ਜਗ੍ਹਾ ਦੀ ਹੈ, ਅਤੇ ਇਹ ਫੋਟੋ ਦੇ ਵਿੱਚੋਂ ਜਿਹੜਾ ਅੱਜ ਬੱਚਾ ਵੱਡਾ ਹੋ ਗਿਆ ਉਹ ਰਿਹਾ ਉਸਤਾਦ। ਅਜੋ ਜੀ, ਕਿਆ ਨਾਮ ਹੈ ਆਪਕਾ? ਹੈ ਮਨਤੇਜ। ਤਾਂ ਇਹ ਮਨਤੇਜ ਬੱਚੇ ਦੀ ਫੋਟੋ ਸੀਗੀ, ਤਾਂ ਮੈਨੂੰ ਬੜੇ ਲੋਕਾਂ ਨੇ ਪੁੱਛਿਆ ਕਿ ਇਹ ਬੱਚਾ ਕਿਹੜਾ, ਕੌਣ ਹੈ, ਕੌਣ ਹੈ, ਕੌਣ ਹੈ। ਤਾਂ ਮੈਂ ਇੱਥੇ ਅੱਜ ਤੋਂ 2019 ਦੇ ਵਿੱਚ 8 ਮਈ ਨੂੰ ਮੈਂ ਇੱਥੇ ਵਿਜ਼ਿਟ ਕੀਤਾ ਸੀ ਸਭ ਤੋਂ ਪਹਿਲੀ ਵਾਰੀ, ਅਤੇ ਉਹ ਵੀ ਸਾਡੇ ਕੋਲ ਡੋਨਰ ਸੀ, ਬਰਥਡੇ ਮਨਾਉਣ ਆਏ ਸੀ ਆਪਣੇ ਬੱਚਿਆਂ ਦਾ, ਅਤੇ ਮੈਨੂੰ ਇੱਥੇ ਲੈ ਕੇ ਆਏ, ਮੈਨੂੰ ਮੌਕਾ ਮਿਲਿਆ ਇੱਥੇ ਆਉਣ ਦਾ, ਮੈਂ ਦੇਖਿਆ ਬਹੁਤ ਚੰਗਾ ਲੱਗਿਆ। ਅਤੇ ਅੱਜ ਜਿਹੜੇ 4 ਬੱਚਿਆਂ ਦੀ ਕਸਟਡੀ ਹੈ ਉਹ ਅਸੀਂ ਜਸਵੀਰ ਕੌਰ ਭੈਣ ਨੂੰ ਦੇਣ ਜਾ ਰਹੇ ਹਾਂ ਜੀ। ਉਹ ਗੁਰਸਾਹਿਬ ਨੇ ਜਿੰਨੀ ਕੁ ਸਾਡੀ ਸੇਵਾ ਲੈਣੀ ਸੀ ਇਹਨਾਂ ਦੀ ਮਦਰ ਦੀ, ਉਹ ਲਿੱਤੀ, ਅਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ। ਇਹਨਾਂ ਕੋਲ ਕਾਫੀ ਬੱਚੇ ਨੇ, ਮੈਂ ਦੀਦੀ ਨੂੰ ਜ਼ਰੂਰ ਕਹੂੰਗਾ, ਦੀਦੀ ਥੋੜ੍ਹਾ ਇਨ ਸ਼ਾਰਟ ਤੁਸੀਂ ਇਸ ਚੀਜ਼ ਬਾਰੇ ਜ਼ਰੂਰ ਦੱਸੋ ਜੀ। ਅਜੀਬ ਜੀ, ਸਾਰੇ ਰਹੂੰਗੇ? ਹਾਂਜੀ, ਸਾਰੇ ਚੱਲਾਂਗੇ, ਸਾਰੇ ਚੱਲਾਂਗੇ ਵੀ ਜੀ। ਬੱਚੇ ਸਾਰੇ ਅਲੱਗ ਅਲੱਗ ਹਾਦਸਿਆਂ ਤੋਂ ਬਾਅਦ, ਜਿਵੇਂ ਕਿਸੇ ਹਰੇਕ ਦੀ ਸਟੋਰੀ ਵੱਖਰੀ ਆ। ਜੀ ਜੀ ਜੀ, ਪਰਮਾਤਮਾ ਨੇ, ਜੇ ਆਪਾਂ ਗੱਲਾਂ ਕਰਨ 'ਤੇ ਆਈਏ ਤਾਂ ਸ਼ਾਇਦ ਹਰੇਕ ਦੀ ਸਟੋਰੀ ਉਹ ਆ ਦਿਲ ਚੀਰਵੀਂ ਆ। ਜੀ ਜੀ ਜੀ,
ਤੇ ਜਿਵੇਂ ਅੱਜ ਆਪਾਂ ਆਖੀਏ ਜੋ ਬੱਚੇ ਲੈ ਕੇ ਆਉਂਦੇ ਆ ਤੁਸੀਂ ਜਿਨ੍ਹਾਂ ਦੀ ਮਦਦ ਦਾ ਸਾਰਾ ਕੀਤਾ ਜੀ ਜੀ ਉਹਨਾਂ ਤੋਂ ਆਪਾਂ ਨੂੰ ਪਤਾ ਲੱਗ ਗਿਆ ਏਦਾਂ ਦੀਆਂ ਸਟੋਰੀਆਂ ਇਹਨਾਂ ਸਾਰਿਆਂ ਦੀਆਂ ਨੇ ਬਿਲਕੁਲ ਬਿਲਕੁਲ ਪਰ ਵਾਹਿਗੁਰੂ ਨੇ ਚਲੋ ਤੁਹਾਨੂੰ ਉੱਥੇ ਹਿੰਮਤ ਦਿੱਤੀ ਤੁਸੀਂ ਇੱਥੇ ਕਰ ਰਹੇ ਹੋ ਤੇ ਇੱਥੇ ਵਾਹਿਗੁਰੂ ਨੇ ਇੱਕ ਰਸਤਾ ਆਪਾਂ ਨੂੰ ਇਹਨਾਂ ਬੱਚਿਆਂ ਦੀ ਸਾਂਭ ਸੰਭਾਲ ਲਈ ਜੀ ਜੀ ਇਹ ਕਰ ਦਿੱਤਾ ਹੋਇਆ ਜੀ 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 ਤੇ ਕਦੋਂ ਤੋਂ ਦੀਦੀ ਤੁਸੀਂ ਇਹ ਸੇਵਾ ਕਰ ਰਹੇ ਹੋ 2003 ਤੋਂ 2003 ਤੋਂ ਮਤਲਬ ਕੋਈ ਵੀ ਜੇ ਬੱਚਾ ਦੀਦੀ ਆਮ ਲੋਕਾਂ ਨੂੰ ਵੀ ਜੇ ਕਿਤੋਂ ਮਿਲਦਾ ਹੈ ਜਾਂ ਕਿਤੇ ਜਿੱਦਾਂ ਆਪਾਂ ਦੇਖਦੇ ਹਾਂ ਪਿੱਛੇ ਖਬਰ ਦੇਖੀ ਸੀ ਕੂੜੇ ਦੇ ਢੇਰ ਦੇ ਵਿੱਚ ਕੋਈ ਭੈਣ ਨੂੰ ਉੱਥੇ ਰੱਖ ਗਿਆ ਉਦਾਂ ਦੀ ਜੇ ਕੋਈ ਇਨਫੋਰਮੇਸ਼ਨ ਕਿਸੇ ਕੋਲ ਆਉਂਦੀ ਹੈ ਤਾਂ ਇੱਥੇ ਆ ਸਕਦੇ ਨੇ ਉਹ ਬੱਚੇ ਨੂੰ ਲੈ ਕੇ ਜਾਂ ਕੀ ਕਰ ਸਕਦੇ ਨੇ ਵੀ ਜੀ ਇਮੀਡੀਏਟ ਜੇ ਆਪਾਂ ਨੂੰ ਵੀ ਇਨਫੋਰਮੇਸ਼ਨ ਮਿਲਦੀ ਆ ਤਾਂ ਲੀਗਲ ਪ੍ਰੋਸੈਸ ਉਹਦੀ ਕੰਪਲੀਟ ਕਰਕੇ ਜਿਵੇਂ ਅੱਜ ਵੀ ਆਪਾਂ ਜਦੋਂ ਇਹ ਬੱਚੇ ਤੁਸੀਂ ਦੱਸਿਆ ਜੀ ਜੀ ਤਾਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਦੇ ਨਾਲ ਇਹਨਾਂ ਦੀ ਗੱਲ ਕੀਤੀ ਜੀ ਉਹਨਾਂ ਦੇ ਜ਼ਰੀਏ ਪ੍ਰੋਪਰ ਇਹਨਾਂ ਦੀ ਕਸਟਡੀ ਲਈ ਤਾਂ ਕਿ ਲੀਗਲੀ ਆਪਣੇ ਪੇਪਰਾਂ ਦੇ ਵਿੱਚ ਇਹ ਕਲੀਅਰ ਹੋਵੇ ਕਿ ਇਹ ਬੱਚੇ ਸਾਡੇ ਕੋਲ ਤੁਹਾਡੇ ਰਾਹੀਂ ਇੱਥੇ ਪਹੁੰਚ ਗਏ ਨੇ ਇਹ ਮੈਂ ਗੱਲ ਜੀ ਜੀ ਜਿਵੇਂ ਤੁਸੀਂ ਦੱਸਿਆ ਨਾ ਸਿੱਧੇ ਵੀ ਆ ਸਕਦੇ ਨੇ ਤਾਂ ਅਸੀਂ ਪ੍ਰੋਸੈਸ ਪੂਰਾ ਕਰ ਲੈਣਾ ਉਹ ਕਰਨਾ ਪੈਣਾ ਮੈਂ ਤੁਹਾਨੂੰ ਇੱਕ ਆਪਣਾ ਪਰਸਨਲ ਐਕਸਪੀਰੀਅੰਸ ਦੱਸਦਾ ਆਪਾਂ ਅੱਗੇ ਚੱਲਦੀ ਮਾੜਾ ਉਹਨਾਂ ਨੈਟਵਰਕ ਟੁੱਟ ਜਾਂਦਾ ਸੀ ਬੇਟਾ ਬੇਟਾ ਇੱਕ ਇੱਕ ਮਿੰਟ ਕੇ ਲਈ ਚੁੱਪ ਕਰ ਜਾਓ ਠੀਕ ਹੈ ਸਾਰੇ ਐਸੇ ਕਰ ਲਓ ਬੋਲਣਾ ਨਹੀਂ ਕਿੰਨੇ ਸਿਆਣੇ ਨੇ ਮੈਂ ਇਨਫੋਰਮੇਸ਼ਨ ਜਿਹੜੀ ਬਹੁਤ ਜ਼ਰੂਰੀ ਇਨਫੋਰਮੇਸ਼ਨ ਆ ਉਹ ਦੇਣੀ ਚਾਹਨਾ ਕਿਉਂਕਿ ਬਹੁਤ ਲੋਕਾਂ ਦੇ ਇਸ ਚੀਜ਼ ਨਾਲ ਜੁੜੇ ਸਵਾਲ ਹੁੰਦੇ ਨੇ ਬਹੁਤ ਲੋਕ ਮੈਨੂੰ ਫੋਨ ਕਰਦੇ ਨੇ ਕਿ ਅਸੀਂ ਵੀ ਬੱਚੇ ਅਡਾਪਟ ਕਰਨਾ ਚਾਹੁੰਦੇ ਆ ਸਾਡੇ ਬੱਚੇ ਦੀ ਦਾਤ ਨਹੀਂ ਹੈ ਬੱਚਾ ਉਹਨਾਂ ਕੋਲ ਤੇ ਮੈਂ ਦੱਸਣਾ ਚਾਹੁੰਦਾ ਕਿ ਇੱਥੇ ਡਾਇਰੈਕਟ ਕੋਈ ਬੱਚਾ ਲੈਣ ਲਈ ਨਾ ਪਹੁੰਚੇ ਇਹਨਾਂ ਦਾ ਜਿਹੜਾ ਕੰਮ ਹੈ ਉਹ ਸਾਰਾ ਦਾ ਸਾਰਾ ਗਵਰਨਮੈਂਟ ਦੇ ਥਰੂ ਹੈ ਗਵਰਨਮੈਂਟ ਹੀ ਅਪਰੂਵਡ ਕਰਦੀ ਹੈ ਇਹਨਾਂ ਨੂੰ ਤਾਂ ਹੀ ਇਹ ਬੱਚੇ ਅੰਦਰ ਐਂਟਰ ਹੋ ਸਕਦੇ ਆ ਤੇ ਗਵਰਨਮੈਂਟ ਹੀ ਅਪਰੂਵ ਕਰੇਗੀ ਤਾਂ ਹੀ ਬੱਚੇ ਜਿਹੜੇ ਉਹ ਕਿਸੇ ਹੋਰ ਨੂੰ ਅਡਾਪਸ਼ਨ ਲਈ ਜਾਣਗੇ ਤਾਂ ਉਹਦੇ ਲਈ ਇੱਕ ਵੈਬਸਾਈਟ ਹੈ ਜਿਹੜੀ ਮੈਨੂੰ ਭਾਈ ਸਾਹਿਬ ਨੇ ਦੱਸੀ ਹੈ ਮੈਂ ਉਹ ਵੀ ਤੁਹਾਨੂੰ ਦੱਸ ਦਿੰਦਾ ਸਭ ਤੋਂ ਪਹਿਲਾਂ ਵੈਸੇ ਤਾਂ ਚਲੋ ਪਰਮਾਤਮਾ ਕਰੇ ਕਿ ਇਦਾਂ ਦਾ ਦਿਨ ਕਦੀ ਵੀ ਨਾ ਆਵੇ ਕੋਈ ਛੋਟੀ ਬੱਚੀ ਤੁਹਾਨੂੰ ਰੋਡ ਤੇ ਮਿਲੇ ਜਾਂ ਛੋਟਾ ਬੱਚਾ ਰੋਡ ਤੇ ਮਿਲੇ ਪਰ ਜੇ ਫਿਰ ਵੀ ਕਿਤੇ ਮਿਲਦੇ ਆ ਤਾਂ ਸਭ ਤੋਂ ਪਹਿਲਾਂ ਆਪਣੇ 101098 ਤੇ ਕਾਲ ਕਰੋ ਪੁਲਿਸ ਨੂੰ ਇਤਲਾਹ ਕਰੋ ਉਸ ਚੀਜ਼ ਬਾਰੇ ਕਿ ਹਾਂਜੀ ਹਾਂਜੀ ਇੱਥੇ ਬੱਚਾ ਮਿਲਿਆ ਉਸ ਤੋਂ ਬਾਅਦ ਤੁਸੀਂ ਇਹਨਾਂ ਦਾ ਕੰਟੈਕਟ ਕਰ ਸਕਦੇ ਹੋ ਔਰ ਜੇ ਕਿਸੇ ਮੇਰੇ ਵੀਰ ਭੈਣ ਨੇ ਬੱਚਾ ਅਡਾਪਟ ਕਰਨਾ ਤਾਂ ਉਹ ਇਹਨਾਂ ਨਾਲ ਕੰਟੈਕਟ ਨਾ ਕਰੇ ਉਹ ਕਰੇ ਕੰਟੈਕਟ www.cara.nic.in ਇਹ ਵੈਬਸਾਈਟ ਹੈ ਜੀ ਗੌਰਮੈਂਟ ਵੱਲੋਂ ਅਪਰੂਵਡ ਵੈਬਸਾਈਟ ਹੈ ਗੌਰਮੈਂਟ ਦੀ ਹੀ ਵੈਬਸਾਈਟ ਹੈ ਤੁਸੀਂ ਇੱਥੇ ਬੇਬੀ ਅਡਾਪਸ਼ਨ ਲਈ ਜਿਹੜਾ ਫਾਰਮ ਫਿਲ ਕਰ ਸਕਦੇ ਹੋ ਅਤੇ ਤੁਹਾਡੀ ਵਾਰੀ ਦੇ ਹਿਸਾਬ ਨਾਲ ਜਾਂ ਜਿੰਨੀ ਕੁ ਵੇਟਿੰਗ ਲਿਸਟ ਹੈਗੀ ਹੈ ਕਿਉਂਕਿ ਵੇਟਿੰਗ ਲਿਸਟ ਬਹੁਤ ਲੰਬੀ ਹੈ ਅਤੇ ਤੁਸੀਂ ਗੌਰਮੈਂਟ ਪ੍ਰੋਸੈਸ ਦੇ ਥਰੂ ਜਿਹੜਾ ਬੱਚਾ ਅਡਾਪਟ ਕਰ ਸਕਦੇ ਹੋ ਅਤੇ ਅੱਜ ਅਸੀਂ ਜਿਹੜੇ ਚਾਰੋਂ ਬੱਚਿਆਂ ਦੀ ਕਸਟਡੀ ਹੈ ਉਹ ਭੈਣ ਨੂੰ ਜ਼ਿੰਮੇਵਾਰੀ ਦੇ ਕੇ ਜਾ ਰਹੇ ਹਾਂ ਅਤੇ ਵੈਸੇ ਤਾਂ ਭੈਣ ਲਈ ਸ਼ਬਦ ਨਹੀਂ ਹੈ ਕਿਉਂਕਿ ਸਾਡੇ ਵੀ ਬਹੁਤ ਡੋਨਰ ਭੈਣ ਨਾਲ ਜੁੜੇ ਹੋਏ ਨੇ ਕੇਤਨ ਵੀਰ ਹੈ ਸਾਡਾ ਪੁਨੀਤ ਸਚਦੇਵਾ ਜੀ ਨੇ ਸਾਡੇ ਬਹੁਤ ਡੋਨਰ ਦੀਦੀ ਨਾਲ ਜੁੜੇ ਹੋਏ ਨੇ ਇੱਥੇ ਸੇਵਾ ਕਰਦੇ ਨੇ ਅਤੇ ਬਾਕੀ ਜਿੱਦਾਂ ਦੀਦੀ ਨੇ ਦੱਸਿਆ ਕਿ ਸਟੋਰੀਜ਼ ਇੱਦਾਂ ਦੀਆਂ ਨੇ ਬਾਕੀ ਮੈਂ ਦੀਦੀ ਨੂੰ ਫਿਰ ਕਹੂੰਗਾ ਦੀਦੀ ਇੱਕ ਦੋ ਸਟੋਰੀ ਤੁਸੀਂ ਜ਼ਰੂਰ ਦੱਸੋ ਜਿਹੜੀ ਆਡੀਅੰਸ ਘਰੇ ਬੈਠੀ ਆ ਉਹਨਾਂ ਨੂੰ ਵੀ ਜਿਹਦੇ ਵਿੱਚ ਰੀਸੈਂਟਲੀ ਆਪਣੇ ਕੋਲ ਤਿੰਨ ਬੇਟੀਆਂ ਆਈਆਂ ਨੇ ਅੱਛਾ ਜੀ ਇਹ ਤਿੰਨ ਭੈਣਾਂ ਨੇ ਇਹ 6 ਭੈਣਾਂ ਸੀ ਆਪਣੇ ਪਰਿਵਾਰ ਦੇ ਵਿੱਚ ਹੱਸਦਾ ਖੇਡਦਾ ਪਰਿਵਾਰ ਸੀ ਇਹਨਾਂ ਦਾ ਚਲੋ ਇੱਕ ਬੇਟੇ ਦੀ ਕਮੀ ਜਿਹੜੀ ਆਪਣੇ ਸਮਾਜ ਦੇ ਵਿੱਚ ਖਟਕਦੀ ਰਹਿੰਦੀ ਆ ਉਹ ਪੂਰੀ ਕਰਦੇ ਕਰਦੇ 6 ਹੋਈਆਂ ਉਸ ਤੋਂ ਬਾਅਦ ਇਹਨਾਂ ਦੀ ਮਦਰ ਨੂੰ ਬ੍ਰੈਸਟ ਕੈਂਸਰ ਹੋ ਗਿਆ ਤੇ ਉਹਦੀ ਡੈਥ ਹੋ ਗਈ ਵਾਹਿਗੁਰੂ ਤੇ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਇਹਨਾਂ ਦੇ ਫਾਦਰ ਨੂੰ ਰੀਨਲ ਫੇਲਿਅਰ ਹੋ ਕੇ ਉਹਨਾਂ ਦੀ ਵੀ ਡੈਥ ਹੋ ਗਈ ਇਹਨਾਂ ਦੀ ਗ੍ਰੈਂਡ ਮਦਰ ਰਹਿ ਗਈ ਕਿਉਂਕਿ ਗ੍ਰੈਂਡ ਫਾਦਰ ਪਹਿਲਾਂ ਹੀ ਨਹੀਂ ਸੀਗੇ ਤੇ ਦਾਦੀ ਜੀ ਤੋਂ ਹੁਣ ਇੰਨੇ ਬੱਚਿਆਂ ਦੀ ਕਸਟਡੀ ਨਹੀਂ ਸੀ ਰੱਖੀ ਸੰਭਾਲੀ ਜਾ ਰਹੀ ਜੀ ਜੀ ਤੇ ਉਹਨਾਂ ਨੇ ਬੜਾ ਚਲੋ ਪ੍ਰਮਾਤਮਾ ਫੇਰ ਉਹੀ ਕਹਿੰਦੇ ਆ ਕਿ ਇਹੋ ਜਿਹਾ ਵਕਤ ਕਿਸੇ ਤੇ ਨਾ ਲੈ ਕੇ ਆਵੇ ਪਰਸੋਂ ਆਈਆਂ ਆਪਣੇ ਕੋਲ ਤੇ ਬੇਟਾ ਕਿਆ ਨਾਮ ਹੈ ਆਪਕਾ ਜੀਤ ਸੁਰਜੀਤ ਸੁਖਜੀਤ ਜੀ ਔਰ ਚਾਂਦਨੀ ਜੀ ਕਾਇ ਹਮਾਰੀ ਸਭ ਤੋਂ ਸਾਡੀ ਜਿਹੜੀ ਰੋਸ਼ਨੀ ਦੇਣ ਵਾਲੀ ਚਾਂਦਨੀ ਇਹ ਮਤਲਬ ਸਾਡੀ ਵੀਡੀਓ ਜਿੰਨੇ ਵੀ ਲੋਕ ਦੇਖ ਰਹੇ ਨੇ ਉਹ ਮਤਲਬ ਇੰਨਾ ਕਿਹਦੇ ਨਾਲ ਇਮੋਸ਼ਨਲੀ ਅਟੈਚ ਹੋ ਚੁੱਕੇ ਨੇ ਇੰਨਾ ਕਿਹਨੂੰ ਪਿਆਰ ਕਰਦੇ ਨੇ ਕਿ ਚਾਂਦਨੀ 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 ਅਤੇ ਇਹ ਸਾਡੀ ਚਾਂਦਨੀ ਦੁਨੀਆ ਭਰ ਦੇ ਵਿੱਚ ਹੁਣ ਇਹ ਨਾਮ ਰੋਸ਼ਨ ਕਰੇਗੀ ਆਪਣਾ ਅਤੇ ਨਾਲ ਸਾਡਾ ਕਿਉਂਕਿ ਅਸੀਂ ਵੀ ਹੁਣ ਇਹਦੇ ਭਰਾ ਵਾਂ ਅਤੇ ਬੇਟਾ ਫਿਰ ਨਵਾਂ ਘਰ ਕੈਸਾ ਲੱਗ ਰਿਹਾ ਚੱਪਲ ਆਤੀ ਮਿਲ ਗਈ ਨਹੀਂ ਅੱਛਾ ਘਰ ਸੇ ਲੈ ਕੇ ਆਇਓ ਹੈ ਅਰੇ ਬੋਲ ਬਤਾ ਅੱਛਾ ਮੇਰੇ ਕੋਲ ਭੁੱਲ ਤਾਂ ਨਹੀਂ ਜਾਏਗੀ ਸਾਡਾ ਇੱਕ ਇਹ ਵੀ ਰੂਮ ਹੈ ਇਹ ਬੱਚੇ ਦੀ ਕੀ ਸਟੋਰੀ ਪੈਣ ਇਹ ਭਰਾ ਸਾਡਾ ਇਹਦੇ ਵਿੱਚ ਜੀ ਬਾਏ ਬਰਥੀ ਅਪਰ ਲਿੰਬ ਜਿਹੜੇ ਸੀਗੇ ਉਹ ਇੱਕ ਨਹੀਂ ਹੈਗਾ ਤੇ ਇਧਰਲਾ ਥੋੜਾ ਜਿਹਾ ਸੀਗਾ ਬਟ ਇਹ ਬਹੁਤ ਇੰਟੈਲੀਜੈਂਟ ਆ ਜੀ ਵਾਹਿਗੁਰੂ ਨੇ ਇਹਨੂੰ ਬਹੁਤ ਇੰਟੈਲੀਜੈਂਸੀ ਬਖਸ਼ੀ ਆ ਇਹਦੀ ਹੈਂਡਰਾਈਟਿੰਗ ਇਹਦਾ ਸਕੂਲ ਦੇ ਵਿੱਚੋਂ ਜੋ ਸਾਨੂੰ ਫੀਡਬੈਕ ਮਿਲ ਰਹੀ ਆ ਬਹੁਤ ਜ਼ਿਆਦਾ ਫਿੱਟ ਆ ਜੀ ਕੀ ਬਾਤ ਹੈ ਬਹੁਤ ਕਿਰਪਾ ਇਹਦੇ ਤੇ ਮਾਲਕ ਦੀ ਜੀ ਬਹੁਤ ਜ਼ਿਆਦਾ ਬਲੈਸਡ ਬੱਚਾ ਇਹ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਉਸਤਾਦ ਜੀ ਸਭ ਤੋਂ ਰੌਣਕੀ ਜਵਾਕ ਤਾਂ ਇਹ ਹੈ ਚਲ ਆਜਾ ਆਪਾਂ ਚੱਲੀਏ ਯਾਰ ਚੱਲ 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 ਇਹ ਖੁਸ਼ੀ ਦੇ ਪਿੱਛੇ ਜਿਹੜਾ ਮੇਨ ਕ੍ਰੈਡਿਟ ਜਾਂਦਾ ਉਹ ਜਸਵੀਰ ਭੈਣ ਨੂੰ ਜਾਂਦਾ ਕਿਉਂਕਿ ਇਹਨਾਂ ਨੇ ਹੀ ਕੀਤਾ ਜੀ ਸਾਰਾ ਕੁਝ ਤੇ ਪਰਮਾਤਮਾ ਇਹਨਾਂ ਨੂੰ ਸਾਡੇ ਹਿੱਸੇ ਦੀ ਵੀ ਖੁਸ਼ੀਆਂ ਦੇਣ ਔਰ ਬਹੁਤ ਜ਼ਿਆਦਾ ਤਰੱਕੀ ਕਰਨ ਕਿਉਂਕਿ ਜਿਹੜਾ ਇਹ ਕਾਰਜ ਕਰ ਰਹੇ ਨੇ ਮਤਲਬ ਪਰਮਾਤਮਾ ਦਾ ਰੂਪ ਹੀ ਨੇ ਜੀ ਪਰਮਾਤਮਾ
ਜਿਸ ਦਿਨ ਇਹ ਬੇਟੀ ਆਪਣੇ ਕੋਲ ਆਈ ਸੀ ਪੂਜਾ ਇਹਦਾ ਫੇਸ ਮੈਂ ਹਾਂਜੀ ਹਾਂਜੀ ਇਹਦੇ ਮਦਰ ਫਾਦਰ HIV ਪੋਜ਼ਿਟਿਵ ਸੀ ਦੋਨੋਂ ਐਕਸਪਾਇਰ ਹੋ ਗਏ ਅੱਛਾ ਜੀ ਤੇ ਇਹਦੀ ਲੀਗਲ ਜਦੋਂ ਆਪਾਂ ਸਾਰੇ ਪੇਪਰ ਵਰਕ ਕੰਪਲੀਟ ਕੀਤਾ ਤੇ ਇਹਦੀ ਅਡਾਪਸ਼ਨ ਹੁਣ ਕੈਨੇਡਾ ਦੇ ਵਿੱਚ ਹੋਈ ਆ ਅੱਛਾ ਜੀ ਅੱਛਾ ਮਤਲਬ ਉੱਥੋਂ ਦਾ ਜੋੜਾ ਸਾਹਮਣੇ ਆਇਆ ਕਿ ਇਹਨੂੰ ਅਸੀਂ ਅਡਾਪਟ ਕਰਾਂਗੇ ਉਹ ਇਹਦੀ ਲੱਕ ਆ ਕੀ ਬਾਤ ਹੈ ਕਿ ਇੱਕ ਦਿਨ ਕਿਸੇ ਫੁੱਟਪਾਥ ਦੇ ਉੱਤੇ ਮਦਰ ਫਾਦਰ ਸ਼ਰੀਫ ਛੱਡ ਗਏ ਤੇ ਇਹ ਉਸੇ ਬਿਮਾਰੀ ਤੋਂ ਗ੍ਰਸਤ ਆ ਇਹਦਾ ਟ੍ਰੀਟਮੈਂਟ ਇੱਥੇ ਸ਼ੁਰੂ ਕੀਤਾ ਪਰ ਇਹਨੂੰ ਉੱਥੇ ਜਾ ਕੇ ਟ੍ਰੀਟਮੈਂਟ ਮਿਲਣਾ ਜਿੱਥੇ ਸਾਡੇ ਤੋਂ ਵੀ ਵੱਧ ਸਹੂਲਤ ਮਿਲ ਜਾਣੀ ਆ ਬਚਾਉਣ ਵਾਲਾ ਵਾਹਿਗੁਰੂ ਆ ਜੀ ਬਿਲਕੁਲ ਬਿਲਕੁਲ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਇੱਥੇ ਦੇ ਬੱਚੇ ਹੁੰਦੇ ਨੇ ਉਹਨਾਂ ਨੂੰ ਗਵਰਨਮੈਂਟ ਪ੍ਰੋਸੈਸ ਦੇ ਥਰੂ ਅਡਾਪਟ ਕੀਤਾ ਜਾਂਦਾ ਤੇ ਹਜ਼ਾਰਾਂ ਬੱਚੇ ਨੇ ਜਿਹੜੇ ਹੁਣ ਤੱਕ ਇੱਥੋਂ ਅਡਾਪਟ ਹੋ ਕੇ ਕੋਈ ਕੈਨੇਡਾ ਕੋਈ USA ਕੋਈ ਦੁਬਈ ਤਾਂ ਫੈਮਿਲੀਜ਼ ਜਿਹੜੀਆਂ ਅਡਾਪਟ ਕਰ ਚੁੱਕੀਆਂ ਮਤਲਬ ਬਹੁਤ ਜੰਨਤ ਵਾਲੀ ਜਗ੍ਹਾ ਹੈ ਅਤੇ ਮੈਂ ਅੱਜ ਵੀਡੀਓ ਦੇ ਰਾਹੀਂ ਦੱਸਣਾ ਚਾਹੁੰਦਾ ਸੀਗਾ ਕਿ ਚਾਂਦਨੀ ਭੈਣ ਦਾ ਨਵਾਂ ਘਰ ਹੈ ਜੀ ਇਹ ਮੈਂ ਤੁਹਾਨੂੰ ਅੰਦਰ ਜਾ ਕੇ ਵੀ ਦਿਖਾਉਣਾ ਚਾਹੁੰਦਾ ਸੀਗਾ ਪਰ ਥੋੜ੍ਹਾ ਨੈਟਵਰਕ ਇਸ਼ੂ ਕਰਕੇ ਇੱਥੇ ਲਾਈਵ ਵੀਡੀਓ ਬੰਦ ਹੋ ਜਾਂਦੀ ਸੀਗੀ ਅਤੇ ਬਾਕੀ ਤੁਸੀਂ ਜ਼ਰੂਰ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤੁਸੀਂ ਇਹਨਾਂ ਨੂੰ ਮਿਲਣਾ ਹੋਵੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਫੋਨ ਨੰਬਰ ਵੀਡੀਓ ਉੱਤੇ ਦਿੱਤੇ ਗਏ ਨੇ ਅਤੇ ਜ਼ਰੂਰ ਕੰਟੈਕਟ ਕਰਿਓ ਅਤੇ ਜ਼ਰੂਰ ਅਸੀਂ ਹਮੇਸ਼ਾ ਭੈਣ ਨੂੰ ਕਹਿ ਕੇ ਜਾਂਦੇ ਕਿ ਮੈਡੀਕਲੀ ਸਾਨੂੰ ਬੱਚਿਆਂ ਦੀ ਸੇਵਾ ਦਿਓ ਕਿ ਚਲੋ ਕਿਸੇ ਬੱਚੇ ਦੀ ਦਵਾਈਆਂ ਚੱਲਦੀਆਂ ਕਿਸੇ ਦਾ ਓਪਰੇਟ ਹੋਣਾ ਉਹ ਜ਼ਰੂਰ ਅਸੀਂ ਖੁਸ਼ੀ ਖੁਸ਼ੀ ਆਪਣੇ NGO ਦੇ ਵੱਲੋਂ ਜਾਂ ਡੋਨਰਸ ਵੱਲੋਂ ਇਹ ਕਰਾਵਾਂਗੇ ਅਤੇ ਬਹੁਤ ਮੈਨੂੰ ਡੋਨਰਾਂ ਦੇ ਫੋਨ ਆਏ ਕਿ ਅਸੀਂ ਚਾਂਦਨੀ ਲਈ ਕੀ ਕਰੀਏ ਸ਼ਾਇਦ ਇੰਨੇ ਫੋਨ ਆਏ ਕਿ ਅੱਜ ਅਸੀਂ ਚਾਂਦਨੀ ਨੂੰ ਪੈਸੇ ਨਾਲ ਤੋਲ ਵੀ ਸਕਦੇ ਸੀਗੇ ਇੰਨੇ ਕੁ ਫੋਨ ਆਏ ਇਹਦੇ ਲਈ ਸੇਵਾ ਲਈ ਪਰ ਹੁਣ ਜਿੱਥੇ ਪੈਸਾ ਕੰਮ ਨਹੀਂ ਆਉਂਦਾ ਨਾ ਫਿਰ ਉੱਥੇ ਇਹ ਚੀਜ਼ਾਂ ਕੰਮ ਆਉਂਦੀਆਂ ਤਾਂ ਇੱਥੇ ਜਿਹੜਾ ਭੈਣ ਨੇ ਕਾਰਜ ਕੀਤਾ ਉਹੀ ਕੰਮ ਆਇਆ ਤਾਂ ਪੈਸਾ ਨਹੀਂ ਕੰਮ ਆਉਂਦਾ ਕਿਉਂਕਿ ਚਾਂਦਨੀ ਭੈਣ ਨੂੰ ਹੁਣ ਅਪਬ੍ਰਿੰਗਿੰਗ ਲਈ ਆ ਅੱਗੇ ਜ਼ਿੰਦਗੀ ਬਤੀਤ ਕਰਨ ਲਈ ਇੱਕ ਸਹਾਰੇ ਦੀ ਲੋੜ ਸੀ ਇੱਕ ਇੱਕ ਅੱਗੇ ਮਾਂ ਦੀ ਲੋੜ ਸੀ ਤਾਂ ਉਹ ਦੀਦੀ ਕਿੰਨੇ ਹੀ ਬੱਚਿਆਂ ਦੇ ਅੱਜ ਤੱਕ ਮਾਂ ਬਣੇ ਨੇ ਤੁਸੀਂ ਦੇਖੋ ਕਿੰਨੇ ਹੀ ਬੱਚੇ ਇਹਨਾਂ ਨੇ ਪਾਲੇ ਨੇ ਆਪਣੇ ਗਲ ਨਾਲ ਲਾ ਕੇ ਅਤੇ ਜ਼ਰੂਰ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਣ ਅਤੇ ਇੱਦਾਂ ਹੀ ਸੇਵਾ ਕਰਦੇ ਰਹਿਣ ਅਤੇ ਚਾਂਦਨੀ ਹਮਾਰੀ ਐਸੇ ਚਮਕਦੀ ਰਹੇ ਦੇਖੋ ਜੀ ਪਰਮਾਤਮਾ ਦੀ ਰੂਹਾਂ ਹੀ ਨੇ ਬਾਕੀ ਬਹੁਤ ਧੰਨਵਾਦ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਜਿਹੜੀਆਂ ਖਾਸ ਇਨਫੋਰਮੇਸ਼ਨ ਦਿੱਤੀਆਂ ਕਿ ਜੇ ਕਿਸੇ ਨੇ ਬੇਬੀ ਅਡੋਪਟ ਕਰਨਾ ਹੋਵੇ ਮੈਂ ਵੈਬਸਾਈਟ ਉੱਪਰ ਪਾ ਦੂੰਗਾ ਗੌਰਮੈਂਟ ਅਫੀਸ਼ੀਅਲ ਡਾਇਰੈਕਟ ਇਹਨਾਂ ਨਾਲ ਕੋਈ ਸੰਪਰਕ ਕਰਕੇ ਇਹਨਾਂ ਨੂੰ ਪਰੇਸ਼ਾਨ ਨਾ ਕਰੇ ਕਿ ਸਾਨੂੰ ਬੱਚਾ ਦਿਓ ਇੱਦਾਂ ਅਡੋਪਸ਼ਨ ਨਹੀਂ ਕਰਵਾਉਂਦੇ ਸਾਰਾ ਗੌਰਮੈਂਟ ਪ੍ਰੋਸੈਸ ਹੈ ਗੌਰਮੈਂਟ ਦੇ ਥਰੂ ਹੀ ਇਹ ਬੱਚੇ ਨੂੰ ਅੰਦਰ ਐਂਟਰੀ ਕਰਦੇ ਨੇ ਅਤੇ ਅਡੋਪਸ਼ਨ ਵੀ ਗੌਰਮੈਂਟ ਦੇ ਥਰੂ ਹੀ ਕਰਦੇ ਬਹੁਤ ਬਹੁਤ ਧੰਨਵਾਦ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਬੋਲੋ ਰਾਮ ਰਾਮ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ